तो हाँ जी दोस्तों, सत श्रीकाल, लेके आ चुका है ਤੁਹਾਡੇ ਲਈ ਇੰਡੀਅਨ ਨੈਵੀ ਵਿੱਚ ਦੇਖਰ ਤੁਸੀਂ ਭਰਤੀ ਲੈਣਾ ਚਾਹੁੰਦੇ ਹੋ ਤਾਂ ਇਹ ਵੀਡੀਓ ਜਿਹੜੀ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਯੂਸਫੁਲ ਹੋਣ ਵਾਲੀ ਹੈ। ਤਾਂ ਚਲੋ ਦੋਸਤੋ, ਵੱਧਦੇ ਹਾਂ ਨੋਟਿਸ ਵਾਲ ਅਤੇ ਇਨਫੋਰਮੇਸ਼ਨ ਦਿੰਦੇ ਹਾਂ ਤੁਹਾਨੂੰ ਪੂਰੀ ਨੈਵੀ ਬਾਰੇ। ਤੇ ਦੋਸਤੋ, ਇਹ ਆ ਨੋਟਿਸ, ਤੁਸੀਂ ਦੇ ਸਕਦੇ ਹੋ ਨਿੰਮੂ ਦਾ ਐਗਜ਼ਾਮ ਜਿਹੜਾ ਇੰਡੀਅਨ ਨੈਵੀ ਰਿਕੁਆਇਰਮੈਂਟ 2022 'ਚ, ਠੀਕ ਹੈ ਦੋਸਤੋ। ਤੇ ਜਿਹੜਾ ਕੰਡਕਟਿੰਗ ਬੋਰਡ ਹੀ ਆਪਣੀ ਇੰਡੀਅਨ ਨੈਵੀ ਹੈ, ਠੀਕ ਹੈ ਦੋਸਤੋ, ਜਿਹੜਾ ਐਗਜ਼ਾਮ ਲੈਵਲ ਔਰ ਨੈਸ਼ਨਲ ਲੈਵਲ ਤੇ ਹੋਏਗਾ, ਠੀਕ ਹੈ। ਨੰਬਰ ਆਫ ਵੈਕੈਂਸੀਜ਼ ਆਪਣੇ ਕੋਲ 1531 ਜਿਹੜੀ ਸਕਿਲਡ ਟ੍ਰੇਡਸਮੈਨ ਹੈ, ਠੀਕ ਹੈ ਦੋਸਤੋ। ਤੇ ਜੀ 155 ਜਿਹੜੀ ਉਹ SSC ਦੀ, ਠੀਕ ਹੈ। ਜਿਹੜੀ ਐਗਜ਼ਾਮ ਦੀ ਫ੍ਰੀਕੁਐਂਸੀ ਹੋਏਗੀ ਉਹ ਇੱਕ ਵਾਰ ਹੋਏਗੀ, ਸਾਲ 'ਚ ਇੱਕ ਵਾਰ ਐਗਜ਼ਾਮ ਹੋਏਗਾ। ਜਿਹੜਾ ਐਗਜ਼ਾਮ ਦਾ ਲੈਵਲ ਹੈ ਦੋਸਤੋ, ਰਿਟਨ ਹੋਏਗਾ ਅਤੇ ਡਾਕੂਮੈਂਟ ਦੀ ਵੈਰੀਫਿਕੇਸ਼ਨ ਚਾਹੀਦੀ ਹੋਏਗੀ। ਅਤੇ ਦੋਸਤੋ, ਐਸੀ ਵੀਡੀਓ ਅੱਛੀ ਲੱਗੀ ਤਾਂ ਲਾਈਕ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ। ਇਸ ਤੋਂ ਬਾਅਦ ਹੋਰ ਵੀ ਵੀਡੀਓਸ ਆਉਣਗੀਆਂ ਅਤੇ ਉਹਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ, ਠੀਕ ਹੈ ਦੋਸਤੋ। ਬਾਏ ਬਾਏ।